ਤੁਸੀਂ ਜਵਾਨ ਹੈ ਬੁੱਢਾ ਹੁੰਦਾ ਜਾਣਾ ਕਿ ਜਾਓਗੇ ਦਿਲ ਜਵਾਨ ਹੋਣਾ ਚਾਹੀਦਾ ਚਿਹਰੇ ਕੋਈ ਦੇਖਦੇ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇ ਨਾਜ਼ਰ ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਜ ਤੁਹਾਡੀ ਗੁਰਮਤ ਹਾਜ਼ਰ ਆ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਆਪਣਾ ਮੁੰਡੀ ਗਿਲ ਇਹ ਸਾਡਾ ਵੀਰ ਆ ਸਾਡਾ ਵੱਡਾ ਭਰਾ ਆ ਖਾਨ ਨਾਜ਼ਮ ਖਾਨ ਸਾਹਿਬ ਆਫ ਮੁੰਡੀ ਹੇਲ ਸਾਬਕਾ ਵੈਸੇ ਹੁਣ ਲਾਹੌਰ ਚਲ ਗਏ ਨੇ ਸ਼ਦਰਾ ਲੇਕਿਨ ਇਹ ਈਦ ਕਰਨ ਆਏ ਨੇ ਸਾਡੇ ਕੋਲ ਜਨਾਬ ਪੁਰਾਣਾ ਵਕਤ ਇਹਨਾਂ ਨੇ ਨਾ ਨੌਕਰੀ ਸ਼ਕੇਗੜ੍ਹ ਵਾਪਸਾ ਦਫ਼ਤਰ 'ਚ ਕੀਤੀ ਹੋਈ ਆ ਅੱਜ ਅਸੀਂ ਚੱਲੇ ਹਾਂ ਸ਼ਕੇਗੜ੍ਹ ਆਪਣੇ ਬੇਲੀਆਂ ਨੂੰ ਮਿਲਣ ਵਾਸਤੇ ਚੱਲੇ ਨੇ ਅਤੇ ਨਾਲ ਮੈਂ ਚਲੋ ਜੀ ਅਸੀਂ ਵੀ ਥੋੜ੍ਹਾ ਜਿਹਾ ਚੱਲਦੇ ਹਾਂ ਕੀ ਪਤਾ ਹੁੰਦਾ ਕੋਈ ਛੋਟਾ ਮੋਟਾ ਕੰਮ ਸਾਨੂੰ ਵੀ ਯਾਦ ਆਏ ਅਸੀਂ ਵੀ ਕਰ ਲਵਾਂਗੇ ਇਹਨਾਂ ਦੇ ਬਹਾਨੇ ਆਪਣੇ ਵੀਰ ਆਪਣੇ ਇਹਨਾਂ ਕੋਲ 125 ਆ ਲੱਗ ਰਹੇ ਬੜੀ ਤਰੱਕੀ ਕੀਤੀ ਹੈ ਲਾਹੌਰ ਜਾ ਕੇ ਇਹਨਾਂ ਨੂੰ ਅਤੇ ਹੁਣ ਅਸੀਂ 125 'ਤੇ ਬਹਿ ਗਏ ਅਤੇ ਅਸੀਂ ਚੱਲੇ ਹਾਂ ਸ਼ਕੇਗੜ੍ਹ ਨੂੰ ਅਤੇ ਨਾਜ਼ਮ ਭਾਈ ਲਵ ਯੂ ਹੋ ਗਿਆ ਜਨਾਬ ਜੀ ਜੀ ਅੱਲਾਹ ਤਾਲਾ ਤੁਹਾਨੂੰ ਇਹ ਤਨਵੀਰ ਭਾਈ ਹੈ ਹਮਾਰੇ ਬਹੁਤ ਅੱਛੇ ਹੈ ਇਹ ਹਮਾਰੇ ਬੱਚੇ ਵੀ ਹੈ ਇਹਨਾਂ ਨੇ ਹਮਸੇ ਬਹੁਤ ਕੁਝ ਸਿੱਖਾ ਹੋਇਆ ਹੈ ਔਰ ਅੱਲਾਹ ਨੇ ਇਸਕੋ ਬਹੁਤ ਤਰੱਕੀ ਦੀ ਹੈ ਸ਼ੁਕਰ ਅਲਹਮਦੁਲਿਲਾ ਇਹ ਯੂਟਿਊਬ ਚੈਨਲ ਚਲਾ ਰਹੇ ਹੈ ਆਪਣਾ ਮੁੰਡੀ ਖੇਲ ਬਹੁਤ ਹੀ ਹਮ ਖੁਸ਼ ਹੋਤੇ ਹੈ ਜਬ ਇਸਕਾ ਚੈਨਲ ਦੇਖਦੇ ਹੈ ਤਰੱਕੀ ਇਸਕਾ ਅਤਾ ਫਰਮਾਏ ਇੱਜ਼ਤ ਦੇ ਇਮਾਨ ਦੇ ਆਮੀਨ ਅਤੇ ਅੱਜ ਹੁਣ ਲੋਕਾਂ ਦਾ ਭੁਲੇਖਾ ਨਿਕਲ ਗਿਆ ਹੋਣਾ ਜਿਹੜੇ ਹੁਣ ਕਹਿੰਦੇ ਹੋਣੇ ਨੇ ਤਨਵੀਰ ਖਾਂ ਕੀ ਕਰਦਾ ਜਾਂ ਇੰਝ ਕੀ ਕਰਦਾ ਤੁਹਾਨੂੰ ਪਤਾ ਲੱਗ ਗਿਆ ਮੈਂ ਨਾਜ਼ਮ ਭਾਈ ਦਾ ਸਿੱਖਿਆ ਹੋਇਆ ਜੋ ਇਹਨਾਂ ਨੇ ਸਿਖਾਇਆ ਉਹੀ ਕਰਨਾ ਮੈਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਸ਼ੇਅਰ ਲਾਜ਼ਮੀ ਆਪਣੇ ਦੋਸਤਾਂ ਨਾਲ ਕਰਿਆ ਕਰੋ ਦਬਾਉਣ ਦਾ ਮੈਂ ਕੋਲ ਲੈ ਲਿਆ ਕਰੋ ਹਾਂ ਕੋਈ ਖਰਚਾ ਨਹੀਂ ਆਉਂਦਾ ਜਨਾਬ ਅਸੀਂ ਚੱਲ ਲਿਆ ਤੇ ਵਲੌਗ ਅੱਗੇ ਫਿਰ ਤੁਹਾਨੂੰ ਦੇਖਣ ਨੂੰ ਮਿਲਦਾ ਜੀ ਸ਼ਕੇਗੜ੍ਹ ਰੋਡ ਦਾ ਆਪਣੇ ਬਾਬਾ ਫਰਿਆਦ ਜ਼ਿੰਦਾਬਾਦ ਆਪਣੇ ਪੁਰਾਣੇ ਸ਼ਹਿਰ ਨੂਰਕੋਟ ਪਹੁੰਚ ਗਏ ਅਸੀਂ ਜੀ ਨੂਰਕੋਟ ਸ਼ਹਿਰ ਜ਼ਿੰਦਾਬਾਦ ਭਾਜੀ ਰੌਣਕਾਂ ਲੱਗੀ ਆ ਬਾਜ਼ਾਰ 'ਚ ਹੈ ਜਾਫਰ ਮਾਰਕੀਟ ਹੈ ਇਸ ਸਾਈਡ 'ਤੇ ਬੱਲੇ ਅੱਛਾ ਅੱਛਾ ਬੱਗੜ ਦਾ ਮੁੰਡਾ ਲੱਭ ਗਿਆ ਠੀਕ ਰਾਜ ਅਸੀਂ ਸ਼ਹਿਰ ਤੱਕ ਚੱਲੇ ਸ਼ਕੇਗੜ੍ਹ ਬਾਈਪਾਸ ਭਾਜੀ ਖੱਬੇ ਹੱਥ ਨੂੰ ਜ਼ਫਰਵਾਲ ਵਾਲੇ ਰੋਡ 'ਤੇ ਚੜ੍ਹਦਾ ਬੰਦਾ ਸੱਜੇ ਹੱਥ ਵਹੀ ਵਾਲੇ ਪੋਲ ਵੱਲ ਖਲਾਸਪੁਰ ਨੂੰ ਬਦਵਾਲ ਮੋੜ ਵਾਲੀ ਜਾਣ ਅੱਲਾ ਬਾਦਸ਼ਾਹ ਜਨੇਦ ਖਾਨ ਜੀ ਅਲਮਰੂਫ ਤੋਤਾ ਆਪਣੀ ਹਾਈਐਸ ਦਾ ਕੰਮ ਕਰਵਾ ਰਿਹਾ ਸ਼ਕੇਗੜ੍ਹ ਇੰਤੋ ਵਾਲੀ ਭਾਜੀ ਕ੍ਰਾਸ ਕਰਨੇ ਪਏ ਅਸੀਂ ਨਾਜ਼ਮ ਭਾਈ ਦੇਖਿਆ ਜਦੋਂ ਛੱਡ ਕੇ ਗਏ ਸੀ ਸ਼ਕੇਗੜ੍ਹ ਉਦੋਂ ਕਿੱਥੇ ਸੀ ਤੇ ਹੁਣ ਕਿੱਥੋਂ ਤੱਕ ਚਲੇ ਬਹੁਤ ਤਰੱਕੀ ਕਰ ਗਿਆ ਸ਼ਕੇਗੜ੍ਹ ਬਹੁਤ ਤਰੱਕੀ ਕਰ ਗਿਆ ਭਾਜੀ ਨਾਜ਼ਮ ਭਾਈ ਨੂੰ ਕੋਈ ਕੰਮ ਸੀ ਤੇ ਨਾਜ਼ਮ ਭਾਈ ਪਰਚੀ ਦੇ 30 ਰੁਪਏ ਉਹਨਾਂ ਨੇ ਰੱਖੇ ਨੇ ਕਹਿੰਦੇ ਸਟੈਂਡ ਬਣਿਆ ਦਾ ਕੋਈ ਅਲਾਊਡ ਨਹੀਂ ਕੋਈ ਕੰਪਿਊਟਰ ਕੋਈ ਕੰਪਿਊਟਰ ਨਹੀਂ ਅਸੀਂ ਯਾਰ ਉਹ ਕੰਮ ਨਹੀਂ ਕਰਨਾ ਚਲੋ ਚਲੀਏ ਨਹੀਂ ਵੈਸੇ ਚਲੋ ਨਿਕਲੋ ਬਾਹਰ ਪਰਚੀ ਜਿਹੜੀ ਆ ਨਾ ਹੁਣ 10 ਰੁਪਏ ਦੇ ਉੱਤੇ ਪਟਵਾਰਖਾਨੇ ਆਏ ਹਾਂ ਬੜੀ ਦੇਰ ਬਾਅਦ ਨਾਜ਼ਮ ਭਾਈ ਦਾ ਕੰਮ ਫੇਰ ਜਿਹੜਾ ਨਾ ਅੱਧਾ ਜਿੱਦਾਂ ਹੀ ਹੋਇਆ ਹੁਣ ਕਿਹਾ ਕੱਲ੍ਹ ਆਇਓ ਜੀ ਫੇਰ ਸ਼ਕੇਗੜ੍ਹ ਲਾਹੌਰ ਚੌਕ 'ਚ ਅਸਾਂ ਫਸ ਗਏ ਹਾਂ ਭਾਈ ਟ੍ਰੈਫਿਕ ਬਹੁਤ ਜ਼ਿਆਦਾ ਸਾਡੇ ਅੱਗੇ ਨਾ ਕੋਈ ਮੁਰਗੀਆਂ ਵਾਲੀ ਗੱਡੀ ਲੱਗ ਗਈ ਆ ਹਰ ਸੈਕਿੰਡ ਬਾਅਦ ਬ੍ਰੇਕ ਲਾ ਦਿੰਦੇ ਔਰ ਸ਼ਕੇਗੜ੍ਹ ਦੀ ਹਮੇਸ਼ਾ ਦੀ ਤਰ੍ਹਾਂ ਟ੍ਰੈਫਿਕ ਇੰਜਦੀ ਆ ਆਪਣੇ ਤੇ ਟ੍ਰੈਫਿਕ ਜਾਮ ਨਹੀਂ ਹੁੰਦੀ ਜਦੋਂ ਹੁੰਦੀ ਆ ਨਾ ਤਾਂ ਫਿਰ ਘੰਟਿਆਂ ਨਾਲ ਹੁੰਦੀ ਹੈ ਸ਼ਕੇਗੜ੍ਹ ਲਾਹੌਰ ਚੌਕ ਭਾਜੀ ਇੰਨੀ ਗਰਮੀ 'ਚ ਸ਼ਕੇਗੜ੍ਹ ਮਜ਼ੈਲ ਚੌਕ ਆ ਕੇ ਮੋਟਰਸਾਈਕਲ ਪੈਂਚਰ ਹੋ ਗਈ ਹੈ ਸਾਡੀ ਆਹ ਦੇਖੋ ਜੀ ਚਲੋ ਅੱਗੇ ਜਾਣ ਦੋ ਫਿਰ ਅੱਗੇ ਦੇਖਦੇ ਹਾਂ ਕਿਤੇ
ਲੱਭਗੀ ਦੁਕਾਨ ਭਾਜੀ ਲੱਭਗੀ ਭਾਜੀ ਪੈਂਚਰ ਵਾਲੀ ਦੁਕਾਨ ਲੱਭਗੀ ਬੜੀ ਮੁਸ਼ਕਿਲ ਨਾਲ ਆਇਆ ਦੇਖੋ ਜੀ ਸਲਾਮੁਅਲੈਕਮ ਜੀ ਆਪਣੀ ਦੁਕਾਨ ਹੈ ਕਿੱਥੇ ਬੰਦਾ ਪੈਂਚਰ ਪਵਾਉਣਾ ਆ ਜਾਓ ਇਹ ਭਾਈ ਆਪੇ ਨੇ ਜੀ ਉਹ ਵੈਸੇ ਹੀ ਮੋਬਾਈਲ ਵੇਖ ਕੇ ਨਾ ਕਹਿੰਦੇ ਨਹੀਂ ਇੱਕ ਹੀ ਪੈਂਚਰ ਨਿਕਲਿਆ ਕਿ ਦੋ ਤਿੰਨ ਨਿਕਲ ਆਏ ਨੇ ਇੱਕ ਹੀ ਹੈ ਜੀ ਚਲੋ ਸ਼ੁਕਰ ਹੈ ਸ਼ੁਕਰ ਹੈ ਭਾਜੀ ਸ਼ੁਕਰ ਹੈ ਬੜੀ ਤਾਂ ਤੇ ਆਪਣਾ ਡਿਗਰੀ ਕਾਲਜ ਆ ਕਦੇ ਇੱਥੇ ਅਸੀਂ ਪੜ੍ਹਨ ਆਉਂਦੇ ਰਹੇ ਕਿਸੇ ਦੌਰ 'ਚ ਕਿਆ ਯਾਦਾਂ ਹੁੰਦੀਆਂ ਰਹੀਆਂ ਅਸੀਂ ਪਹੁੰਚ ਗਏ ਜੀ ਸ਼ਕੇਗੜ੍ਹ ਵਾਕਟਾ ਦੇ ਮੇਨ ਆਫਿਸ ਗ੍ਰਿਡ ਆਫਿਸ ਦੇਖੋ ਪਟਵਾਰਖਾਨੇ ਗਏ ਉੱਥੇ 30 ਰੁਪਏ ਦੇਣੇ ਪੈਣੇ ਵਾਕਟਾ ਆਫਿਸ ਆਫਿਸ ਆਇਆ ਤੇ ਫ੍ਰੀ 'ਚ ਮੋਟਰਸਾਈਕਲਾਂ ਖੜੀਆਂ ਨੇ ਫ੍ਰੀ ਮੋਟਰਸਾਈਕਲਾਂ ਖੜੀਆਂ ਤੇ ਨਾਜ਼ਮ ਭਾਈ ਅੱਜ ਆਪਣੇ ਪੁਰਾਣੇ ਬੇਲੀਆਂ ਨੂੰ ਮਿਲਣ ਵਾਸਤੇ ਆਏ ਨੇ ਜਨਾਬ ਅੱਜ ਸਾਰਿਆਂ ਪੁਰਾਣਿਆਂ ਨੂੰ ਮਿਲਣਾ ਅੱਜ ਹੋਰ ਵੀਰ ਜੀ ਸੁਣਾਓ ਠੀਕ ਠਾਕ ਜੀ ਸਭ ਸ਼ੁਕਰ ਅੱਲਾ ਦਾ ਮਿੱਠੀ ਸਾਡੀ ਕੋਟਲੇ ਦੀ ਵੀ ਸਾਨੂੰ ਮਿਲ ਪਈ ਹੈ ਹੋਰ ਸੁਣਾਓ ਠੀਕ ਠਾਕ ਜੀ ਇਰਸ਼ਾਦ ਭਾਈ ਹੈ ਬਹੁਤ ਅੱਛੇ ਹਮ ਇੱਕ ਦਿਨ ਕੀ ਭਰਤੀ ਹੈ ਬਾਕੀ ਨਹੀਂ ਯਾਰ ਇੱਕ ਦਿਨ ਕੀ ਭਰਤੀ ਹੈ ਕੀ ਗੱਲ ਹੈ ਤੁਸੀਂ ਜਵਾਨ ਹੈ ਬੁੱਢਾ ਹੁੰਦਾ ਜਾਣਾ ਕਿ ਜਾਓਗੇ ਦਿਲ ਜਵਾਨ ਹੋਣਾ ਚਾਹੀਦਾ ਚਿਹਰੇ ਕੋਈ ਦੇਖਦੇ ਜਨਾਬ ਨਾਜ਼ਮ ਸਾਹਿਬ ਲੈ ਕੇ ਆਏ ਨੇ ਮੈਨੂੰ ਕਿ ਨੈਕਸਟ ਕਦੇ ਜ਼ਿੰਦਗੀ 'ਚ ਕੰਮ ਪੈ ਜਾਏ ਨਾ ਸਾਡੇ ਨਾਲ ਤਾਵਣ ਕਰਿਆ ਕਰੋ ਨਾਜ਼ਮ ਸਾਹਿਬ ਸਾਡੇ ਭਰਾ ਨੇ ਜਨਾਬ ਇੰਨਾ ਅੱਛਾ ਵਕਤ ਗੁਜ਼ਾਰ ਗਏ ਇਸ ਲਈ ਆਏ ਹਾਂ ਇਹਨਾਂ ਵਾਲੇ ਸਾਹਿਬ ਬਹੁਤ ਅੱਛੇ ਆ ਜੀ ਯੂਨੀਅਨ ਦੇ ਨੁਮਾਇੰਦੇ ਸਾਹਿਬ ਭਾਈ ਕਾਸਮ ਸਾਹਿਬ ਬਹੁਤ ਅੱਛੇ ਨੇ ਭਾਈ ਆਂਦੀ ਯੂਨੀਅਨ ਚਲੇ ਗਏ ਇਹ ਵੀ ਯੂਨੀਅਨ ਵਿੱਚ ਚਲੇ ਗਏ ਸਾਡੇ ਪਿੰਡ ਨੂੰ ਕਿਹੜਾ ਖਾਤਾ ਲੱਗਦਾ ਦੋ ਨੰਬਰ ਇੱਕ ਨੰਬਰ ਇੱਕ ਮੁਜ਼ੰਮਲ ਵੀ ਲੜਕਾ ਹੁੰਦਾ ਸੀ ਬੱਗੇ ਮਦਨ ਤੋਂ ਉਹ ਕੋਰੀਆ ਚਲਾ ਗਿਆ ਵਾਪਸ ਚਲੋ ਜੀ ਆਪਣੇ ਦੋਸਤ ਦੇ ਲੋ ਹਮ ਇਧਰ ਆਏ ਹਾਂ ਕਿ ਹਮਾਰੇ ਰਿਆਸਤਾਈ ਸਾਹਿਬ ਗੌਰਮੈਂਟ ਥੇ ਇਧਰ ਜੀ ਜੋ ਰਜ਼ਾਇਲਾ ਇਸੇ ਫਾਰ ਪਾ ਗਏ ਹਾਂ ਹਮ ਉਨਕੇ ਲਈ ਫਾਤਿਹਾ ਖਾਨੀ ਕਰੇਂਗੇ ਉਨਕੇ ਲਈ ਸਾਲੇ ਸਵਾਸ ਦੀ ਦੁਆ ਕਰੇਂਗੇ ਚਲੋ ਜੀ ਫਿਰ ਤੇ ਦੁਆ ਹੋਣੀ ਚਾਹੀਦੀ ਹੈ ਜੀ ਸਭ ਤੋਂ ਪਹਿਲੇ ਹੁਣ ਦੁਆ ਕਰਦੇ ਹਾਂ ਜਨਾਬ ਅਸੀਂ ਸ਼ਕੇਗੜ੍ਹ ਆਪਣੇ ਜਿਸ ਤਰ੍ਹਾਂ ਦੱਸਿਆ ਸਬ ਡਿਵੀਜ਼ਨ ਆਏ ਸੀ ਅਤੇ ਆਪਣੇ ਨਮਾਜ਼ ਪੜ੍ਹ ਕੇ ਨਿਕਲੇ ਹਾਂ ਨਾਜ਼ਮ ਭਾਈ ਵੀ ਆ ਰਹੇ ਨੇ ਕਦੇ ਕਦੇ ਕੁਛ ਲੋਕ ਨਾ ਕਮੈਂਟਸ ਇਸ ਤਰ੍ਹਾਂ ਦੇ ਕਰਦੇ ਨੇ ਕਿ ਯਾਰ ਦੱਸਣਾ ਪੈਂਦਾ ਭਾਅ ਜੀ ਨਮਾਜ਼ ਪੜ੍ਹ ਕੇ ਵੀ ਦੱਸਣਾ ਪੈਂਦਾ ਕਿ ਅਸੀਂ ਨਮਾਜ਼ ਪੜ੍ਹਨੇ ਹਾਂ ਅਗਲੇ ਦਿਨ ਬੰਦੇ ਨੇ ਇੱਕ ਨੇ ਕਿਹਾ ਹੈ ਕਿ ਹੁਣ ਬਾਅਦ 'ਚ ਵੀ ਪੜ੍ਹਦੇ ਰਹੋ ਮੈਂ ਇਹ ਸਾਨੂੰ ਸਬੂਤ ਦੇਣਾ ਪਏਗਾ ਕਿ ਅਸੀਂ ਹਰ ਨਮਾਜ਼ ਪੜ੍ਹਨੇ ਹਾਂ ਨਾਜ਼ਮ ਭਾਈ ਨਮਾਜ਼ ਪੜ੍ਹ ਲਈ ਆ ਹੁਣ ਫਿਰ ਬੈਠਣਾ ਕਿਸੇ ਬੰਦੇ ਲਾਗੇ ਬਸ ਪਹਿਲਾਂ ਡਿਵੀਜ਼ਨ 'ਚ ਮਿਲਿਆ ਦੋਸਤਾਂ ਨੂੰ ਹੁਣ ਸਭ ਦੀਆਂ ਨੰਬਰ ਇੱਕ 'ਚ ਦੋਸਤਾਂ ਨੂੰ ਮਿਲ ਲਈਏ ਅੱਛਾ ਫਿਰ ਚਲੀਏ ਆਪਣੇ ਮਿੱਤਰਾਂ ਨੂੰ ਚਲੋ ਜੀ ਆ ਜਾਓ ਅਸਲਾਮ ਅਲੈਕਮ ਕੀ ਹਾਲ ਆ ਜੀ ਮੈਂ ਅਮਰ ਸਾਹਿਬ ਮੈਂ ਕਿਹਾ ਨੀ ਬਾਬਾ ਅਮਰ ਆਏ ਹੋਰ ਸੁਣਾਓ ਭਾਈ ਸਲੀਮ ਹੋਰ ਸੁਣਾਓ ਠੀਕ ਠਾਕ ਸਭ ਖੈਰ ਖਰੀਦ ਹੈ ਸਰ ਤੁਹਾਡਾ ਇੰਤਜ਼ਾਰ ਸੀ ਅਸੀਂ ਕਾਫੀ ਦੇਰ ਤੋਂ ਬੈਠੇ ਦੇ ਨਿਕਲ ਜਾਣਾ ਸੀ ਅਸੀਂ ਕਿਹਾ ਅਮਰ ਭਾਈ ਨੂੰ ਮਿਲ ਕੇ ਜਾਣਾ ਹੈ ਨਾ 2 ਵਜੇ ਹੁੰਦੇ ਹਾਂ ਅਸੀਂ ਅੱਛਾ ਨਾਜ਼ਮ ਭਾਈ ਚਲੀਏ ਅਮਰ ਭਾਈ ਨੂੰ ਮਿਲ ਲਿਆ ਜੀ ਮਿਲਣਾ ਜੀ ਸਬ ਡਿਵੀਜ਼ਨ ਇੱਕ ਨੰਬਰ 'ਚ ਆਏ ਦੇ ਸੀ ਆਪਣੇ ਚੌਧਰੀ ਸਾਕਿਬ ਸਾਹਿਬ ਨੇ ਚੌਧਰੀ ਔਰੰਗਜ਼ੇਬ ਸਾਹਿਬ ਨੇ ਅਸਗਰ ਸਾਹਿਬ ਨੇ ਜ਼ਫਰੁੱਲਾ ਖਾਨ ਸਾਹਿਬ ਨੇ ਸਾਡੇ ਨਾਜ਼ਮ ਭਾਈ ਆਪਣੇ ਪੁਰਾਣੇ ਸਾਥੀਆਂ ਨੂੰ ਮਿਲਣ ਵਾਸਤੇ ਆਏ ਦੇ ਸੀ ਅਤੇ ਜਨਾਬ ਮਿਲ ਲਿਆ ਫਿਰ
ਆਓ ਠੰਡੀ ਫਿਰ ਚੱਲੀਏ ਦੁਆ ਕਰੋ ਨਾ ਵਾਪਸ ਛਕੇਗੜਾ ਜੀ ਦੁਆ ਕਰਦੇ ਚਲੋ ਮਿਹਰਬਾਨੀ ਚੌਧਰੀ ਸਾਹਿਬ ਬਹੁਤ ਮਿਹਰਬਾਨੀ ਚੌਧਰੀ ਸਾਹਿਬ ਸਾਹਿਬ ਮਿਹਰਬਾਨੀ ਮੇਰੇ ਟੀਚਰ ਨੇ ਮਾਸਟਰ ਫੈਜ਼ ਸਾਹਿਬ ਮੈਲੂ ਸੈਲੂ ਪਿੰਡ ਤੋਂ ਜਨਾਬ ਅਤੇ ਅਸੀਂ ਇਹਨਾਂ ਕੋਲ ਪੜ੍ਹਦੇ ਰਹੇ ਹਾਂ ਕੋਟਲਾ ਅਫਗਾਨਾ ਹਾਈ ਸਕੂਲ 'ਚ ਅਤੇ ਅੱਜ ਅਚਾਨਕ ਸਾਨੂੰ ਵਾਪਟਾ ਦੇ ਦਫ਼ਤਰ ਮਿਲ ਪਏ ਨੇ ਸਰ ਹੋਰ ਸੁਣਾਓ ਤਬੀਅਤ ਦੀ ਸੁਣਾਓ ਕੈਸੇ ਹੋ ਸਭ ਖੈਰ ਕੀ ਸਾਡਾ ਭਰਾ ਨਬੀਲ ਕੀ ਕਰਦਾ ਹੁੰਦਾ ਸਰ ਕੈਸੇ ਦਿਨ ਗੁਜ਼ਰ ਰਹੇ ਨੇ ਇਸ ਟਾਈਮ ਜ਼ਿਮੀਦਾਰਾ ਕਰ ਰਹੇ ਹੋ ਕੀ ਮਸਰੂਫੀਅਤ ਅੱਛਾ ਅੱਛਾ ਦੇਖ ਲਓ ਤੁਹਾਡਾ ਆਪਣੇ ਤੁਹਾਡੇ ਵਕਤ ਦਾ ਮਾਸਟਰ ਨਜ਼ੀਰ ਖਾਨ ਸਾਹਿਬ ਵੀ ਅੱਲਾ ਨੂੰ ਪਿਆਰੇ ਹੋ ਗਏ ਮਰਾਜ ਸਾਹਿਬ ਵੀ ਅੱਲਾ ਨੂੰ ਪਿਆਰੇ ਹੋ ਗਏ ਜੀ ਅੱਲਾ ਤਾਲਾ ਉਹਨਾਂ ਨੂੰ ਜੰਤਰ ਫਰਦੋਸ਼ ਵਾਲਾ ਮਕਾਮ ਅਤਾ ਫਰਮਾਏ ਅਬਦੁਰਰਹਿਮਾਨ ਸਾਹਿਬ ਸਾਹਿਬ ਜੀ ਉਹ ਵੀ ਬਹੁਤ ਅੱਛੇ ਸੀ ਅੱਲਾ ਤਾਲਾ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਮਿਲ ਕੇ ਬਹੁਤ ਅੱਛਾ ਲੱਗਾ ਸਰ ਤੁਹਾਨੂੰ ਲਓ ਜੀ ਆਪਣੇ ਜਿਸ ਤਰ੍ਹਾਂ ਕਿ ਪਿੰਡੋਂ ਆਏ ਸੀ ਨਾਜ਼ਮ ਭਾਈ ਨਾਲ ਛੱਕੇਗੜ੍ਹ ਸਬ ਡਿਵੀਜ਼ਨ ਆਪਣੇ ਵਿਜ਼ਿਟ ਕੀਤਾ ਦੋਸਤਾਂ ਨਾਲ ਮਿਲੇ ਜਨਾਬ ਤੁਸੀਂ ਆਪਣੇ ਦੋਸਤਾਂ ਨਾਲ ਮਿਲ ਕੇ ਰਾਜ਼ੀ ਹੋ ਬੜੀ ਖੁਸ਼ੀ ਹੋਈ ਹੈ ਬਹੁਤ ਅੱਛਾ ਟਾਈਮ ਗੁਜ਼ਰਿਆ ਹੋਇਆ ਸੀ ਪਹਿਲੇ ਸਾਰੇ ਦੋਸਤ ਬਹੁਤ ਅੱਛੇ ਤਰੀਕੇ ਨਾਲ ਮਿਲੇ ਨੇ ਹਾਂਜੀ ਔਰ ਤਨਵੀਰ ਭਾਈ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਮੇਰੇ ਨਾਲ ਆਏ ਨੇ ਚੱਕਰਗੜ੍ਹ ਦਾ ਮੈਨੂੰ ਵਿਜ਼ਿਟ ਕਰਾ ਰਹੇ ਨੇ ਮੈਂ ਚਲੋ ਜੀ ਇਹਨਾਂ ਦੇ ਨਾ ਅਸੀਂ ਵੀਡੀਓ ਬਣਾਉਂਦੇ ਹਾਂ ਤਾਂ ਆ ਕੇ ਆਪਣੇ ਯਾਦਗਿਰੀ ਰਹੇਗੀ ਕਿ ਆਪਣੇ ਦੋਸਤ ਨਾਲ ਮਿਲ ਕੇ ਆਏ ਅਸੀਂ ਨਿਕਲਦੇ ਹਾਂ ਆਪਣੇ ਵਾਪਸ ਚਲੀਏ ਮੋਟਰਸਾਈਕਲ ਉੱਧਰ ਚਲੋ ਮਿਲ ਕੇ ਆਓ ਅਗਰ ਅੱਜ ਦਾ ਵਲੌਗ ਅੱਛਾ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਨਾਬ ਅਤੇ ਨਾਜ਼ਮ ਭਾਈ ਨਾਲ ਆਪਣੇ ਵਾਪਸ ਚੱਲਦੇ ਹਾਂ ਪਿੰਡ ਨੂੰ ਅਤੇ ਦੁਆਵਾਂ 'ਚ ਯਾਦ ਰੱਖਿਓ ਲਵ ਯੂ ਹੋ ਗਿਆ ਓਕੇ ਅੱਲਾ ਹਾਫਿਜ਼